ਅਸਲਾਮ ਅਲੈਕੁਮ, ਮੈਂ ਮਾਮਾ ਸ਼ਾਹ ਸਿਆਲ ਤੋਂ ਸਾਡੇ ਦੇਵੇ ਇੰਟਰ ਮੇਰਾ ਯੂਟਿਊਬ ਚੈਨਲ ਸ਼ੇਰ ਸਿੰਘ ਦੀ ਕਿਆ ਹਾਲ ਤੁਹਾਡਾ ਠੀਕ ਹੋ? ਤਬੀਅਤ ਮੇਰੀ ਠੀਕ ਹੈ, ਖੈਰੀਅਤ ਹੈ, ਮੈਂ ਵੀ ਠੀਕ ਹਾਂ, ਅੱਲਾਹ ਦਾ ਪਾਕ ਦਾ ਕਰਾਂ ਮੈਂ ਸ਼ੁਕਰ ਅਲਹਮਦੁਲਿਲਾਹ। ਅੱਜ ਜਨਾਬ ਅਸਾਂ ਮੈਂ ਪਾਜ ਪੀਰ ਆਦਿਲ ਦੀ ਦਰਬਾਰ 'ਤੇ ਡੇਰੇ ਗਾਜ਼ੀ ਖਾਨ ਕੋਲ, ਇੱਥੋਂ ਤਕਰੀਬਨ 5 ਕਿਲੋਮੀਟਰ ਹੈ। ਅਸਾਂ ਅੱਜ ਦੇਈ ਵੇਲੇ ਪੈਂਟ ਸ਼ਲਫਾ ਦਿਖਾਓ ਦਾ ਨਜ਼ਾਰਾ ਦੇਖਿਆ ਸੁਹਾਵ ਆਦਿਲ 1 ਕਿਲੋਮੀਟਰ ਇੱਥੋਂ ਕੋਲ। ਹੋਰ ਜਨਾਬ ਵਿੱਚ ਸਾਡੇ ਦੇ ਪੂਰੇ ਪੀਰ ਆਦਿਲ ਦਰਬਾਰ। ਇੱਥੇ ਖਾਣ ਪੀਣ ਦਾ ਸਮਾਨ ਹੀ ਮਿਲਣਾ ਜੀ, ਪਕੌੜੇ ਵਾਲਾ ਝੁਰਮੁਰ ਇਹ ਤੋਂ ਸਾਰੇ ਦੇ ਪਏ। ਇੱਥੇ ਬਾਹਰੋਂ ਬਾਜ਼ਾਰ ਹੀ ਲੱਗਾ ਪਿਆ। ਜਨਾਬ ਕਿਆ ਹਾਲ ਹੈ? ਠੀਕ ਹੋ? ਤਬੀਅਤ ਵੀ ਠੀਕ ਹੈ। ਇਹਦੇ ਤੇ ਪਵੇ ਇਹ ਜਨਾਬ ਹੁਣੀ ਫੁੱਲੇ ਖਜੂਰਾਂ ਰੇਵੜੀ ਅਸਲਾਮ ਅਲੈਕੁਮ, ਕਿਆ ਹਾਲ ਹੈ ਚਾਚਾ ਜੀ? ਠੀਕ ਹੋ? ਕਿਵੇਂ ਦਿਹਾੜੀ ਲੱਗ ਮੈਂ ਸਾਰੀ? ਹਾਂ ਅੱਲਾ ਵਾਰਸ, ਅੱਛੀ ਗੱਲ, ਅੱਛੀ ਗੱਲ। ਹਾਂ ਜਨਾਬ, ਹੁਣ ਅਸਾਂ ਦਰਬਾਰ ਸ਼੍ਰੀ ਦੇ ਨਜ਼ਦੀਕ ਪਹੁੰਚ ਗਏ, ਤੁਸੀਂ ਰਹਿ ਪਵੇ। ਸਾਡੇ ਦੇ ਪੈ ਵੇ ਇਹ ਮੇਨ ਦਰਵਾਜ਼ਾ ਹੈ। ਸਾਡੇ ਦੇ ਪੈ ਦਰਬਾਰ ਦੇ ਅੰਦਰ ਦਾਖਲ ਦੇ ਗਏ ਸਾਨੂੰ, ਉੱਥੋਂ ਕੋ ਅੰਦਰੋਂ ਦਾ ਮੰਦਰ ਦਿਖਾ ਦਿੰਦਾ। ਦਰਬਾਰ ਦੇ ਬਾਹਰ ਸਰੀ ਦੇ ਪਵੇ ਅਲਮ ਲਗਾ ਖੜੇ, ਬਾਹਰ ਸਹਿਨ ਹੈ ਦਰਬਾਰ ਦੇ ਅਤੇ ਅਲਮ ਲਗਾ ਖੜੇ।
ਇਹ ਬੂਹੜ ਦੇ ਦਰਖਤ ਹੈ, ਉਹ ਪਿੱਪਲ ਦਾ, ਸੋਰੀ ਇਹ ਬਾਬਾ ਜੀ ਦੇ ਖੰਭਾਂ ਦੇ ਵਿੱਚ ਬਾਹਰ ਬੂਹੇ ਪਿੱਪਲ ਦਾ ਦਰਖਤ ਮੁੰਡੇ ਦੀ ਬੜੀ ਇੱਛਾ ਹੁੰਦੀ ਯਾਰ, ਸਾਰਾ ਦਿਨ ਇੱਥੇ ਗਰਮੀ ਦੇ ਵਿੱਚ ਲੋਕ ਬੈਠੇ ਰਹਿੰਦੇ ਵੀ ਆ ਪਿੱਪਲ ਦਾ ਦਰਖਤ ਵੀ ਬਾਹਰੋਂ ਦਾ ਦਰਵਾਜ਼ਾ ਹੀ ਸਹਿਣ ਨਾਲ ਜਿਹੜਾ ਬਾਹਰੋਂ ਸਹਿਣ ਆਊਗਾ ਕਿ ਆਊਗਾ ਅਤੇ ਅਲਮ ਪਈਆਂ ਸਾਡੇ ਜਨਾਬ ਅਸਾਂ ਆਏ ਖੜੇ ਹਾਂ ਉਹਨਾਂ ਦੇ ਪੁੱਤਰ ਸੈਦ ਅਲ ਪੀਰ, ਉਹ ਵੀ ਨਾਲ ਪੀਰਾਂ ਦੇ ਬਿਲਕੁਲ ਚੰਦ ਕਦਮ ਤਕਰੀਬਨ ਹੁਣ ਅਸਾਂ ਉਹਦੇ ਹੀ ਵੇਂਦੇ ਪੈ ਥਾਂ ਉੱਥੋਂ ਦਾ ਵੀ ਨਜ਼ਾਰਾ ਦਿਖੇ ਗਏ ਆਓ ਸਾਡੇ ਨਾਲ ਸਾਡੇ ਦੇ ਪੈ ਥੰਨੇ ਦਾ ਦਰਖਤ ਹੈ ਬਹੁਤ ਪੁਰਾਣਾ ਹੀ ਦਰਖਤ ਇਹਦੇ ਪੈ ਖੜੇ ਪੈ ਲੋਕ ਪਾਣੀ ਵਗੈਰਾ ਪੀਵਣ ਆਉਂਦੇ ਸੈਦਲ ਪੀ ਉਹਨਾਂ ਦੇ ਪੁੱਤਰ ਬੂਹੇ ਪਿੱਪਲ ਦਾ ਦਰਖਤ ਮੁੰਡੇ ਦੀ ਬੜੀ ਇੱਛਾ ਹੁੰਦੀ ਯਾਰ, ਸਾਰਾ ਦਿਨ ਇੱਥੇ ਗਰਮੀ ਦੇ ਵਿੱਚ ਲੋਕ ਬੈਠੇ ਰਹਿੰਦੇ ਵੀ ਆ ਪਿੱਪਲ ਦਾ ਦਰਖਤ ਵੀ ਬਾਹਰੋਂ ਦਾ ਦਰਵਾਜ਼ਾ ਹੀ ਸਹਿਣ ਨਾਲ ਜਿਹੜਾ ਬਾਹਰੋਂ ਸਹਿਣ ਆਊਗਾ ਕਿ ਆਊਗਾ ਅਤੇ ਅਲਮ ਪਈਆਂ ਸਾਡੇ ਬਾਹਰੋਂ ਕਬਰਿਸਤਾਨ ਹੈ ਹੁਣ ਤੁਸੀਂ ਇਹਦੇ ਪੈ ਗਏ ਅਸਾਂ ਉੱਥੇ ਪਹੁੰਚ ਗਏ ਤੁਸੀਂ ਇਹਦੇ ਪੈ ਗਏ ਥੰਨੇ ਦਾ ਦਰਖਤ ਹੈ ਬਹੁਤ ਪੁਰਾਣਾ ਹੀ ਦਰਖਤ ਇਹਦੇ ਪੈ ਗਏ ਖੜੇ ਪੈ ਲੋਕ ਪਾਣੀ ਵਗੈਰਾ ਪੀਵਣ ਆਉਂਦੇ ਸੈਦਲ ਪੀਰ ਉਹਨਾਂ ਦੇ ਪੁੱਤਰ ਸੈਦਲ ਪੀਰ ਉਹ ਕੋਲ ਮੰਦਰ ਬਾਹਰੋਂ ਸਹਿਣ ਹੈ ਕੋਠੀ ਬਣੀ ਹੋਈ ਹੈ ਸੈਦਲ ਪੀਰ ਦੀ ਦਰਬਾਰ ਹੈ ਪੀਰਾਂ ਦੇ ਸਾਹਮਣੇ ਉਹਨਾਂ ਦੇ ਪੁੱਤਰ ਨਾ ਇਹ ਜਨਾਬ ਹੁਣ ਅਸਾਂ ਅੰਦਰ ਦਾਖਲ ਕੀਤੇ ਗਏ ਮਾਸ਼ਾ ਅੱਲਾਹ ਇਹ ਤਾਂ ਲੋਕ ਕਾਫੀ ਮੰਨਤਾਂ ਮੰਨਦੇ ਨੇ ਝੰਡ ਡਿਆਉਣ ਆਉਂਦੇ ਨੇ ਅਤੇ ਬਾਲ ਬਿਮਾਰ ਮਨਿੰਦਰ ਵੱਲੋਂ ਕੱਪੜੇ ਲੈ ਹੀ ਦਿੰਦੇ ਨੇ ਅਤੇ ਵੱਲ ਬਹਿ ਪਵੇ ਹੀ ਦਿੰਦੇ ਮੈਂ ਤੁਹਾਨੂੰ ਉਹ ਵੀ ਦੇਖੇ ਨਾ ਜਿਹੜੇ ਕੱਪੜੇ ਲੱਥੇ ਕਰਨ ਬਾਲਣ ਦੇ ਜਿਹੜੇ ਬਾਲ ਬਿਮਾਰ ਮਨ ਵੱਲ ਮਨਕ ਮਿਲਣ ਕਬੂਤਰ ਹੀ ਹੈ ਤਾਂ ਮਾਸ਼ਾ ਅੱਲਾਹ
छत रही है, छत बहुत पुरानी है, लकड़ की छत बनी खड़ी है पुरानी, बस दिलकश डिजाइन ते रंग थिया है। अल्लाह के बंदे देखो तो कितना माहौल दिखता पिया। लाइक सब्सक्राइब किदा करो। कच्ची है, कच्ची पर बाहर है, कच्ची है पुरानी। जनाब मैं तो लिखे ना पे जड़े कपड़े तब्दील कर लेते पे एक कपड़े पहन थे तो मन्नत मन वेंदन कपड़े लहा वेंदन बह वाला तो उतो चाहते वेंदन बह पवी वेंदन वो लही वेंदन आसा तो जियारत करा के दिए सैदल पीर दी पीर आदल दी भी मुड़ा सा वापसी में पे और तुसा सा चैनल सारे को लाइक करो सब्सक्राइब करो सो शेयर सुनते हो और इंशाल्लाह आने वाले वक्त चंगी वीडियो में से आज का सारा व्लॉग पूरा थी।